ਮਜ਼ੇ ਦੀ ਗੱਲ ਦੱਸਾਂ, ਇਹ ਬੈਂਚ ਬਣੇ ਨੇ ਜੀ ਪਲਾਸਟਿਕ ਨੇ। 500 ਕਿਲੋ ਕੋਲੋਂ ਜ਼ਿਆਦਾ ਪਲਾਸਟਿਕ ਲੱਗਿਆ ਹੈ, ਜਿਸ ਤਰ੍ਹਾਂ ਰੀਸਾਈਕਲ ਕਰਕੇ ਯੂਨੀਲੀਵਰ ਵਾਲਿਆਂ ਨੇ ਇਹ ਬੈਂਚ ਬਣਾਏ ਨੇ। ਔਰ ਇਸ ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਨੂੰ ਭਰਾ ਤੁਹਾਨੂੰ ਸੰਗੀ ਫਾਖਰ ਅਲੀ ਸ਼ਾਹ, ਤੁਸੀਂ ਦੇਖਦੇ ਹੋ ਪਏ ਮੇਰਾ ਯੂਟਿਊਬ ਚੈਨਲ। ਵੈਲਕਮ ਕਰਨਾ ਕਰਾਚੀ ਐਪੀਸੋਡ ਵਿੱਚ। ਤੁਸਾਂ ਇਹ ਮੇਰੇ ਪਿੱਛੇ ਜਿਹੜੀ ਅਜ਼ੀਮ ਸ਼ਾਨ ਔਰ ਇੱਕ ਕਦੀਮੀ ਇਮਾਰਤ ਨਜ਼ਰ ਪਈ ਆਣੀ ਹੈ, ਮੌਜੂਦ ਹਾਂ ਜੀ ਕਰਾਚੀ ਦੀ ਲਾਇਬ੍ਰੇਰੀ ਵਿੱਚ। ਇਤਨੀ ਪੁਰਾਣੀ ਹੈ ਵੀ ਬਾਕੀ ਇਸਨੀ ਹਿਸਟਰੀ ਇਸ ਤੋਂ ਵੀ ਜ਼ਿਆਦਾ ਪੁਰਾਣੀ ਹੈ। ਇਸ ਇਮਾਰਤ ਤਾਂ ਮੈਂ ਨਾਲ ਦੇਖਣਾ ਜੀ ਖੂਬਸੂਰਤੀ ਨਾਲ, ਇਤਨੇ ਪੁਰਾਣੇ ਜ਼ਮਾਨੇ ਦੀ ਸਾਰੀ ਹੈਂਡਮੇਡ ਸਟਰਕਚਰ ਹੈ। ਇਹ ਸਾਰਾ ਤੁਸਾਂ ਮੈਂ ਵਿਊ ਚੈੱਕ ਕਰਾਉਣਾ ਔਰ ਸਾਰੀ ਇਮਾਰਤ ਅੰਦਰੋਂ ਵੀ ਚੈੱਕ ਕਰਾ ਸਾਨੇ, ਅਤੇ ਨਾਲ ਨਾਲ ਰਹੀਓ। ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰੋ, ਚੈਨਲ ਸਾਨੇ ਸਬਸਕ੍ਰਾਈਬ ਕਰੋ। ਚਲੋ ਵੀਡੀਓ ਸ਼ੁਰੂ ਕਰਨੇ ਹਾਂ। ਲਾਇਬ੍ਰੇਰੀ ਨੇ ਬਿਲਕੁਲ ਮੇਨ ਇੰਟਰਸ ਹੈ। ਹਾਂ, ਇਹ ਬਾਹਰ ਰੋਕਦੇ ਦੇਖੋ ਨਾਜ਼ਰੀਨ ਕਰਾਮ, ਇਹ ਹੱਟੀਆਂ ਠੋਕ ਕੇ ਲਿਆ ਕੇ ਬਣਾਇਆ, ਕਾਹਦਾ ਸੋਹਣਾ ਨਿਜ਼ਾਮ ਬਣਾਇਆ। ਇਸਦੇ ਬਾਅਦ ਜਿਹੜੀ ਇੱਕ ਬਣਾਵਟ ਹੈ ਉਹ ਸੀੜੀਆਂ ਦੀ ਰੇਲਿੰਗ ਲੱਗੀ ਹੈ, ਉਹਨਾਂ ਉੱਤੇ ਸ਼ੈੱਡ ਬਣਿਆ ਬੜਾ ਇੱਕ ਜ਼ਬਰਦਸਤ ਤਰੀਕੇ ਨਾਲ। ਔਰ ਇਸਨੇ ਜਿਹੜੇ ਬਲਾਕ ਲੱਗੇ ਨੇ ਸਾਰੇ ਪੁਰ ਵੀ ਗਏ ਨੇ, ਲੇਕਿਨ ਇਸਦੇ ਬਾਵਜੂਦ ਉਹ ਕਾਇਮ ਨੇ ਔਰ ਇਤਨੀ ਬਰੀਕੀ ਨਾਲ ਔਰ ਇਤਨੀ ਇੱਕ ਸਫਾਈ ਨਾਲ ਲੱਗੇ ਨੇ ਕਿ ਇਨਸਾਨੀ ਅਕਲ ਦੇਖ ਕੇ ਦੰਗ ਰਹੇ ਨੇ। ਲੱਕੜੀ ਨਾਲ ਕੰਮ ਹੋਇਆ ਦੇਖ ਕੇ ਨੂੰ, ਇਸ ਤਰ੍ਹਾਂ ਨਹੀਂ ਉਸ ਜ਼ਮਾਨੇ ਦੀਆਂ ਮਸ਼ੀਨਾਂ ਵੀ ਨਹੀਂ ਜਿਹੀਆਂ ਕੰਮ ਕਰਨੀਆਂ ਹੀ ਆ, ਜਿਸ ਤਰ੍ਹਾਂ ਉਹ ਪੁਰਾਣੇ ਦੌਰ ਨੇ ਲੋਕ ਹੱਥਾਂ ਨਾਲ ਕੰਮ ਕਰਨੇ। ਇਸ ਨਾਲ ਇਹ ਦੇਖੋ ਇਹ ਸਾਰੇ ਬਲਾਕ ਲੱਗੇ ਨੇ ਔਰ ਕਿਸ ਤਰਤੀਬ ਨਾਲ ਲੱਗੇ ਨੇ ਕਿ ਇਹਨਾਂ ਵਿੱਚ ਤਰੀਕੀ ਨਾਲ, ਮਤਲਬ ਇਹਨਾਂ ਵਿੱਚ ਊਂਚ ਨੀਚ ਨਹੀਂ, ਜਿਸ ਤਰ੍ਹਾਂ ਕਿਸੇ ਸਾਂਚੇ 'ਚ ਬਣਾ ਕੇ ਲਾਏ ਨੇ। ਇਸ ਆਸਾਨੀ ਜ਼ਮਾਨਾ 'ਚ ਉਸ ਟਾਈਮ ਟੀਪ ਆਖਦੀਆਂ ਨੇ, ਇੰਨਾ ਟੀਪ ਹੋਇਆ ਔਰ ਕੁਝ ਜਿਹੜੇ ਨੇ ਉਹ ਜਿਨ੍ਹਾਂ ਨੂੰ ਟੀਪ ਖਤਮ ਵੀ ਹੋ ਗਈ ਹੈ। ਔਰ ਖਾਸ ਕਰਕੇ ਇਹ ਦੇਖੋ ਦਰ ਜਿਹੜੇ ਬਣੇ ਨੇ, ਇਹ ਸਾਈਡ ਵਾਲੇ ਦੋ ਇੰਟਰਸ ਨੇ ਔਰ ਇਹ ਫਰੰਟ ਇੰਟਰਸ ਹੈ। ਇੱਥੋਂ ਬੰਦਾ ਅੰਦਰ ਹੋਵੇ ਤਾਂ ਇਸ ਨਾਲ ਦੇਖੋ ਛੱਤ ਦੇਖ ਕੇ ਨਾ ਕਿਸ ਤਰ੍ਹਾਂ ਲੱਕੜੀ ਨਾਲ ਬਣਿਆ, ਔਰ ਇਹ ਵੀ ਜਿਸ ਤਰ੍ਹਾਂ ਚੌਕੀ ਹੋਣੀ ਨਾ ਸਾਰਾ ਲੱਕੜੀ ਨਾਲ ਬਣਿਆ। ਕੁਝ ਸਾਹਮਣੇ 10-15 ਸੀੜੀਆਂ ਨੇ, ਉਸ ਤੋਂ ਬਾਅਦ ਫਿਰ ਲਾਇਬ੍ਰੇਰੀ ਸ਼ੁਰੂ ਹੋਈ। ਔਰ ਇਹਨਾਂ ਨੇ ਟੱਚ ਦੇਖ ਕੇ ਨਾ, ਔਰ ਖਾਸ ਕਰਕੇ ਇਹਨਾਂ ਨੇ ਗੁਲਾਈ ਦੇਖ ਕੇ, ਕਿ ਜਿਸ ਤਰ੍ਹਾਂ ਮਸ਼ੀਨੀ ਕੰਮ ਹੋਣਾ ਸਾਰਾ ਸਾਰਾ ਇਸ ਤਰ੍ਹਾਂ ਲੱਗਣਾ ਜਿਸ ਤਰ੍ਹਾਂ ਮਸ਼ੀਨ ਨਾਲ ਕੰਮ ਹੈ। ਔਰ ਡਿਜ਼ਾਇਨ ਦੇਖ ਕੇ ਨਾ ਇਤਨਾ ਬਰੀਕੀ ਨਾਲ ਔਰ ਕਿਤਨੀ ਇਸ ਵਿੱਚ ਪੈਟਰਨਸ ਨੇ ਕਿ ਮਿਸਤਰੀਆਂ ਦਾ ਦੇਣੇ ਬਗੈਰ ਆਦਮੀ ਨਹੀਂ ਰਹਿ ਸਕਦਾ। ਅੱਛਾ, ਇੱਕ ਤਾਂ ਇੱਥੇ ਲਾਇਬ੍ਰੇਰੀ ਵਿੱਚ ਕੰਮ ਲੱਗਿਆ, ਦੋ ਸਿਆਂਤੇ ਨੇ ਤਲੇ ਕਿਤਾਬਾਂ ਮੌਜੂਦ ਨੇ ਔਰ ਉੱਤੇ ਆਰਟ ਗੈਲਰੀ ਸਾਰੀ ਪੁਰਾਣੀਆਂ ਚੀਜ਼ਾਂ ਜਿਹੜੀਆਂ ਨੇ ਉੱਥੇ ਦਿਹਾੜੀ ਬਹੁਤ ਜ਼ਿਆਦਾ ਜਿਹੜੇ ਨਾ ਉਹ ਪ੍ਰੈਂਕ ਵਾਲੇ ਸੋਸ਼ਲ ਮੀਡੀਆ ਵਾਲੇ ਲੋਕ ਇੱਥੇ ਆਉਂਦੇ ਨੇ, ਲਿਹਾਜ਼ਾ ਤਸਵੀਰ ਵਗੈਰਾ ਤੁਹਾਨੂੰ ਪਤਾ ਹੈ ਵੀਡੀਓਜ਼ ਨਾਟ ਅਲਾਊਡ ਨੇ। ਇਸ ਵਾਸਤੇ ਮੈਂ ਆਪ ਕਿਹਾ ਅੰਦਰ ਦੇਖ ਕੇ ਬੜਾ ਜ਼ਬਰਦਸਤ ਲੱਗਿਆ, ਅੱਛਾ ਲੱਗਿਆ, ਅਤੇ ਹੁਣ ਅਸੀਂ ਅਗਲੀ ਮੰਜ਼ਿਲ 'ਤੇ ਮੂਵ ਕਰ ਸਾਂ ਬਾਹਰੋਂ ਤੁਸਾਂ। ਅੱਛਾ, ਇਹ ਬਿਲਕੁਲ ਲਾਇਬ੍ਰੇਰੀ ਨੇ ਬਿਲਕੁਲ ਬਾਹਰ ਸਾਹਮਣੇ ਇਹ ਪਾਰਕ ਬਣਿਆ ਔਰ ਇਸ ਵਿੱਚ ਬੈਂਚ ਲੱਗੇ ਨੇ। ਔਰ ਮਜ਼ੇ ਦੀ ਗੱਲ ਦੱਸਾਂ, ਇਹ ਬੈਂਚ ਬਣੇ ਨੇ ਜੀ ਪਲਾਸਟਿਕ ਨੇ, 500 ਕਿਲੋ ਕੋਲੋਂ ਜ਼ਿਆਦਾ ਪਲਾਸਟਿਕ ਲੱਗਿਆ ਹੈ, ਜਿਸ ਤਰ੍ਹਾਂ ਰੀਸਾਈਕਲ ਕਰਕੇ ਯੂਨੀਲੀਵਰ ਵਾਲਿਆਂ ਨੇ ਇਹ ਬੈਂਚ ਬਣਾਏ ਨੇ ਔਰ ਇਹ ਸਾਰਿਆਂ ਨੇ ਸਾਰੇ ਪਲਾਸਟਿਕ ਹੁੰਦੇ ਨੇ।
जी जनाब, मैं इस टाइम इसनी बैक साइड पर मौजूद हाँ। अंदर तो तुसा देख ही कितने के एक तो कम लगे स्पेशल US कौंसलेट वालियां फंड भेजा तो इस वास्ते इन्हें दोबारा इसनी 1863 नहीं ये लाइब्रेरी बनी है, लेकिन इस विच जिहड़ा वो नाल नाल रिपेयरिंग ना काम छोटा मोटा जिहड़ा होना है वो करने रहने ने। ते अज भी बदकिस्मती नाल असाना मैं आया तो काम लगे, लेकिन फिर भी जिहड़ी चीज़ रखी वो बड़ी बेहतरीन और एक शाहकार ही अपने आप विच। और ये असाने कौम ना कीमती एहसासा होनिया ने पुरानिया बिल्डिंगा पुरानी चीज़ा जिहड़ियां जितनियां भी ने ते इत्थे बेभाव मां मिलियां ने, जिन्हें मैं कोशिश करना कि मैं रिकॉर्ड करके ना। माशाल्लाह गुलेरिया ने पूरा ख़ानदान इस दरख्त पर आबाद है जी। इन्हें असी अपनी जबान चाहने शदल जूए, बड़ा सारा जूआ होना है पिछे वड़ी सारी जड़ा पूछोलो नीस रहने बूटिया होते ने। हूँ इन्हों नस्ल ना पैद हो गई तकरीबन, लेकिन इस गार्डन माँ इस लाइब्रेरी ने बहर ये बूटा लगे है तो इस बूटे उत्ते रहनी पूरी टीम 3-4 ने। मैं देखिया मैं बड़िया सोहनिया लगिया तो तुम भी देखो तो इंजॉय करो। करना तुसा वीडियो चंगी लगनी भी उसी वीडियो चंगी लगे करे तो लाइक करे करो, चैनल सने करो सब्सक्राइब। तो किनसा हूँ तुसा को इजाजत मिलसा नैक्सट वीडियो में, तद तक अल्लाह हाफिज़।